लो भाई सजनों मित्रों बेलियो वेलकम बैक। किदा सारे ठीक ठाक हो? आप वेखन डे हाँ रुपिंदर गांधी टू का दूजा पार्ट वेखने। पहला आप वेख्या दूजा पार्ट की करता कि बोतल के करता। चलो जी दूजे पार्ट का ढक्कन खोलने दूजे पार्ट जी बोतल नहीं होती तो आप भी खोल दें। और बोलता मैं अपनी चलो भी मुंडे हो परची कटाओ। कहा भी परची है वीरे? ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐ ਤਾਂ ਅਸੀਂ ਇੱਕ ਢੇਲਾ ਨਹੀਂ ਦਿੰਦੇ। ਹਾਂ ਵਿਦਾਰੀ, ਕੱਟੀ ਨਹੀਂ ਪਰਚੀ? ਬਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹੱਤਾ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਂਦਾ ਪਰਚੀ। ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ? ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਲੇ ਕਿ ਨਾ ਪੰਗਾ ਲੈ ਕੇ ਬਹਿ ਜਾਣਾ, ਮੂਹਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਰੋਜ ਪੈਸੇ ਮਤਲਬ ਉਹਨਾਂ ਨੇ ਖਰਚੀ ਜਿਹੜੀ ਦੇਣੀ ਨਾ, ਕਦੀ ਪੈਟਰੋਲ ਦੇ ਵਿੱਚੋਂ ਕੋਈ ਕੋਈ 20-30 ਦਾ ਘੱਟ ਪਵਾ ਲੈਣਾ, ਇਸ ਤਰ੍ਹਾਂ ਜਿਹੜਾ ਸੀ ਨਾ ਕੰਮ ਬਚਾ ਬਚੂ ਕੇ ਨਾ ਤਿੰਨ ਪੈਸੇ ਜੋੜੀ ਦੇ ਹੁੰਦੇ ਹਨ ਲਾਈਫ ਯਾਦ। ਸਟੂਡੈਂਟ ਲਾਈਫ 'ਚ ਲਿਮਿਟਿਡ ਪੈਸੇ ਹੁੰਦੇ ਨੇ ਨਾ ਹਰ ਬੰਦੇ ਕੋਲ, ਜਿਹੜੀ ਖਰਚੀ ਦਿੱਤੀ ਹੁੰਦੀ ਉਹਦੇ ਬਾਈ ਤੁਸੀਂ ਜੋ ਘਰ ਦੇ ਘਰ ਵਾਲਿਆਂ ਤੋਂ ਜੋ ਮਤਲਬ ਮਿਲਣਾ ਹੁੰਦਾ ਸੀ ਉਹਦੇ ਉੱਤੇ ਹੀ ਚੱਲਣਾ ਹੁੰਦਾ ਸੀ। ਔਰ ਘਰ ਵਾਲੇ ਸਨ ਮਤਲਬ ਸਾਡੇ ਬਿਲਕੁਲ ਹੀ ਸਿੱਧੇ ਜੇ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਖਰਚਾ ਕਿੰਨਾ ਹੈਗਾ। ਫਿਰ ਉਹਦੇ ਅਸੀਂ ਕਿ ਥੋੜ੍ਹੀ ਜਿਹੀ ਨਾ ਕੋਸ਼ਿਸ਼ ਆਪ ਵੀ ਕਰੀਦੀ ਸੀ ਕਿ ਨਾ ਹੀ ਮੰਗੀਏ ਘਰ ਵਾਲਿਆਂ ਤੋਂ, ਅੱਗੇ ਇੰਨਾ ਖਰਚਾ ਕਰਨ ਡੇ ਨੇ, ਪੜ੍ਹਾਈ ਤੋਂ ਤਾਂ ਹੋਰ ਮੰਗਾਂਗੇ ਤਾਂ ਲੋਡ ਨਾ ਹੀ ਪਵੇ। ਹੈ ਸਾਡੀ ਨਿਸਬਤ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਜ਼ਿਆਦਾ ਪੈਸੇ ਲੱਗਦੇ, ਅਸੀਂ ਆਪ ਦਿੰਦੇ ਹਾਂ ਕਿਉਂਕਿ ਅਸੀਂ ਉਸ ਪੀਰੀਅਡ 'ਚੋਂ ਲੰਘੇ ਹਾਂ। ਸਾਡੇ ਵੱਡੇ ਕਾਲਜਾਂ ਸਕੂਲਾਂ 'ਚ ਗਏ ਨਹੀਂ ਸਨ, ਉਹਨਾਂ ਨੂੰ ਆਈਡੀਆ ਨਹੀਂ ਸੀ। ਹੈ ਅਸੀਂ ਉਹ ਫੇਸ ਕੀਤੀਆਂ ਨੇ ਜਿਹਦਾ ਸਾਡੇ ਬੱਚੇ ਅੱਗੇ ਨਾ 50 ਮੰਗਣ, ਅਸੀਂ 100 ਦੇ ਦਈਦਾ ਕਿ ਆ ਲਓ ਯਾਰ 100 ਲੈ ਜਾਓ, ਪਤਾ ਨਹੀਂ ਉੱਥੇ ਜ਼ਾਹਰ ਹੈ ਉਹ ਮਹਿੰਗਾਈ ਵੀ ਉਨੀ ਹੋ ਗਈ। ਲੇਕਿਨ ਅੱਜ ਕੱਲ੍ਹ ਦੇ ਬੱਚੇ ਬਹੁਤ ਪੈਸੇ ਖਰਚ ਕਰਦੇ, ਬਹੁਤ ਕਰਦੇ ਬੱਚੇ, ਜ਼ਿਆਦਾ ਪੈਸੇ ਖਰਚ ਕਰਦੇ। ਅੱਛਾ ਇਹ ਸੀ ਸੀ ਯਾਰ, ਪਿੰਡ ਕਿਹੜਾ ਇਹਦਾ? ਬਹੂ ਮਾਜਰਾ। ਬਾਪੂ ਕਿਉਂ ਚੱਕਿਆ? ਸਿਰਫ ਹੱਥ ਪੈਰ ਹੀ ਤੋੜਨੇ ਨੇ, ਜਾਨੋਂ ਨੀ ਮਾਰਨਾ। ਚਲੋ ਚਲੋ ਓਏ। ਵੀ ਕਾਕਾ ਦੱਸ ਕਿਵੇਂ ਆ? ਟੂਰਨਾਮੈਂਟ ਵਾਲੀ ਪਰਚੀ ਕਟਾਉਣ ਆਇਆ। ਓਏ ਕਿਹੜਾ ਟੂਰਨਾਮੈਂਟ, ਲੱਗਦਾ ਤੂੰ ਗੱਲ ਨੂੰ ਬੜਾ ਸੀਰੀਅਸ ਲੈ ਗਿਆ ਕਾਕਾ। ਓਏ ਪਰਚੀ ਤਾਂ ਆਪਣੇ ਮੁੰਡਿਆਂ ਦੇ ਖਾਣ ਪੀਣ ਲਈ ਹੈ, ਨਾਲੇ ਤਾਂ ਇਹਦੇ ਨਾਲ ਮਾਰਕੀਟ 'ਚ ਠੁੱਕ ਬਣੀ ਰਹਿੰਦੀ ਹੈ ਅਤੇ ਨਾਲੇ ਨੌ ਬਣਿਆ ਰਹਿੰਦਾ। ਨੌ ਤਾਂ ਹੁਣ ਮੈਂ ਬਣਾਊਂਗਾ। ਇਸ ਲਈ ਤੈਨੂੰ ਮੈਨੂੰ ਰਗੜਨਾ ਪਏਗਾ, ਕਿਉਂਕਿ ਖੰਨੇ ਸ਼ਹਿਰ ਵਿੱਚ CR ਸਿਰਫ ਇੱਕ ਹੈ। ਮੈਂ ਖੰਨੇ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਪੰਜਾਬ 'ਚ ਨਾਂ ਬਣਾਉਣ ਦੀ ਗੱਲ ਕਰਦਾ। ਨਾਂ ਬਣਾਉਣ ਲਈ ਲੋਹੇ ਦਾ ਜਿਗਰਾ ਚਾਹੀਦਾ, ਮੌਤ ਨਾਲ ਅੱਖਾਂ 'ਚ ਅੱਖਾਂ ਪਾਉਣੀਆਂ ਪੈਂਦੀਆਂ ਨੇ। ਕਦੇ ਕਿਸੇ ਕੁੱਤੇ ਦੇ ਡੰਡਾ ਮਾਰਿਆ? ਕਦੇ ਕਿਸੇ ਪਰਚੇ 'ਚ ਨਾਂ ਬੋਲਿਆ? ਪਰਚੇ ਦਾ ਕਈ ਬੋਲਦੇ ਨੇ, ਆਹ ਠੇਕੇਦਾਰ ਵਾਲਾ ਪਰਚਾ ਕੁਝ ਜ਼ਿਆਦਾ ਹੀ ਬੋਲਦਾ। ਅੱਛਾ ਅੱਛਾ ਅੱਛਾ, ਉਹ ਕਾਂਡ ਤੂੰ ਕੀਤਾ ਸੀ, ਦੱਸ ਕੀ ਚਾਹੀਦਾ? ਮੈਨੂੰ ਆ ਬੁਲਟ ਬਹੁਤ ਪਸੰਦ ਆ ਰੋਇਲ ਐਨਫੀਲਡ, ਮੈਨੂੰ ਸਾਡੇ ਇਧਰ ਹੁੰਦੇ ਨਹੀਂ, ਆਪਣੇ ਹੀ ਲੱਗਦੇ। CR ਚਾਹੀਦਾ, CR ਦਾ ਦਿਮਾਗ ਚਾਹੀਦਾ। ਹਾਹਾਹਾਹਾ
रल गया छोटे भाई, कमाल दा बंदा है तू। मैं तो सोचा सी तू बंदे मंगेगा, हथियार मंगेगा, तू तो सीधा सियारे मंग लिया। सियार भाई जी, बड़ा नौ है थोड़ा शहर च। अपने शहर में नौ बनाने लई अद्धी उम्र लंघ जाती है, तो पूरे पंजाब च नौ बनाने लई पंजाब दे हर बड़े बंदे दी पिट्ठ लवानी पैंदी है, वह भी उहदे घर च वड़ के। सियार भाई, अपने पाले च रह के तो सिर्फ गोल पचाया जा सकता है, गोल ठोकन लई तो दूजे दे पाले च वड़ना ही पैंदा है। पटियाले वाला गोशा, मोगे वाला बराड़, ओई ते लुधियाने वाला फौजी, अपना तो फतेहगढ़ वाला बराड़ है, फतेहगढ़ साहब वाला बराड़। भाई तू बस ये दस, पहला ठोकना केड़ा है? लुधियाने वाला प्रॉपर्टी डीलर जो धक्के नाल लोकां दीआं जमीनां ते प्लाटां ते कब्जा करदा है, ते धीआं भैणां दीआं इज्जतां नाल खेड़दा है। ਉਹਦੇ ਕੋਲ ਸਾਰੀ ਇਨਫੋਰਮੇਸ਼ਨ ਸੀ ਨਾ ਕੌਣ, ਮਤਲਬ ਬੜਾ ਆਖਣ ਡਿਆ ਕਿਰਲੇ ਵਾਂ ਹੈ ਕੀ ਹੈ ਤੁਹਾਡੇ। ਹਰ ਲੜਾਈ ਚ ਭੋਲ ਇਹਦਾ ਕੰਮ ਹਾਕੀਆਂ। ਲੈ ਬਈ ਡੀਲਰ ਦੀ ਤਾਂ ਕਸਤੀ ਦੌਣ, ਹੁਣ ਕਿਹਦੀ ਮੰਜੀ ਠੋਕਣੀ ਆ? ਉਹ ਕਿਉਂ ਕਰ ਫਿਰੋਜ਼ਪੁਰ ਵਾਲੇ ਬਰਾੜ ਦੀ, ਸ਼ਰਾਬ ਦਾ ਵੱਡਾ ਸਮਗਲਰ ਹੈ ਸਾਲਾ। ਬਈ ਸੀ ਆਰ ਤਾਂ ਕਹਿੰਦਾ ਸੀ ਉਹ ਆਪਦੀ ਕਾਲੀ ਕਮਾਈ ਚੋਂ ਗਰੀਬ ਕੁੜੀਆਂ ਦੇ ਵਿਆਹ ਕਰਦਾ, ਹੋਰ ਵੀ ਪੁੰਨ ਦੇ ਕੰਮ ਕਰਦਾ ਕਈ। ਸੁਣਿਆ ਤਾਂ ਬਈ ਮੈਂ ਵੀ ਇਹੀ ਹੈ, ਉਹਨੂੰ ਰਹਿਣ ਦਿੰਦੇ ਹਾਂ। ਫਿਰ ਐਂ ਕਰੋ ਜੀਤੇ, ਪਟਿਆਲੇ ਗੱਡੀ ਮੁੜ, ਪਟਿਆਲੇ ਵਾਲੇ ਗੋਸ਼ੇ ਦੀ ਮੰਜੀ ਠੋਕਦੇ ਹਾਂ, ਕਿਉਂ? ਚੱਲ ਪਟਿਆਲੇ ਚੱਲ। ਠੀਕ ਆ ਬਾਈ, ਬੜਾ ਐਕਟਿਵ ਸੀ ਬਾਈ। ਪਟਿਆਲੇ ਵਾਲਾ ਗੋਸ਼ਾ ਗਰੀਬ ਰੇੜੀ ਵਾਲਾ ਤੋਂ ਹਫ਼ਤਾ ਵਸੂਲੀ ਕਰਨ ਲਈ ਅਤੇ ਸਟੈਂਡਾਂ ਦੀਆਂ ਬੋਲੀਆਂ ਵਿੱਚ ਧੱਕਾ ਕਰਨ ਲਈ ਮਸ਼ਹੂਰ ਹੈ।
चोरी कानू माल बहुत वधिया लिया कड़ ला फिर लफे तो सही चल भोले भी ला लो चंगी तरह पता तेरा पुत केड़ा धक्का करदा किसे नाल जो तू घरों जाना ना तो मेनू बहुत डर लगता है कुछ नहीं हुंदा मैनू तू एवें डरिया कर लै दस आ हुण हंजू कढ ले चल मैं तेरे नाल एक वादा करदा मैं नेरा वा सवेरा वा जदों मर्जी आवां आऊंगा जरूर यो पहले पार्ट जी आपां वेख्या सी ना के उनू मारिया सी पिछे सिर दे विच इंदिर गांधी दे उस तों लिया के फिर फैक्टरी दे विच बन्नता उस तों अगे पिया है हुण उनू तीसरा चले शुरू करते हैं जी इथों ही।